ਮਈਆ ਫੜੇਗੀ ਫਿਰ ਬਾਅਦ ਕਿੰਨਾ ਕਿੰਨਾ ਨੇ ਫੜਾਉਣੀ
ਆਪਾਂ ਹਾਜ਼ਰੀ ਲਗਾਉਣੀ ਆ ਨੱਚ ਕੇ ਸ਼ਗਨਾਂ ਦਾ ਗੇੜਾ ਦੇਣਾ ਹਾਂਜੀ ਪੈਰ ਵਿੱਚ ਲੈ ਕੇ ਖੁਸ਼ੀ ਕਿੱਦਾਂ ਮਨਾਈ ਜਾਂਦੀ ਜੇਕਰ ਤੁਸੀਂ ਇੱਕ ਹੱਥ ਉੱਪਰ ਕਰੋਗੇ ਮਾਂ ਤੁਹਾਡੀ ਗਲੀ ਵਿੱਚ ਆਏਗੀ ਜੇਕਰ ਦੋਵੇਂ ਹੱਥ ਉੱਪਰ ਕਰੋਗੇ ਮਾਂ ਤੁਹਾਡੇ ਘਰ ਵਿੱਚ ਜਾਏਗੀ ਤੁਹਾਡੀ ਮਰਜ਼ੀ ਹੈ ਹੁਣ ਮਾਂ ਨੂੰ ਇੱਦਾਂ ਬਣਾ ਕੇ ਰੱਖਣਾ ਜਾਂ ਆਪਣੇ ਘਰ ਵਿੱਚ ਲੈ ਕੇ ਜਾਣਾ ਜੇਕਰ ਇੱਕ ਹੱਥ ਉੱਪਰ ਕਰੋਗੇ ਮਾਂ ਤੁਹਾਡੀ ਗਲੀ ਵਿੱਚ ਆਏਗੀ ਜੇਕਰ ਦੋਵੇਂ ਹੱਥ ਉੱਪਰ ਕਰੋਗੇ ਮਾਂ ਤੁਹਾਡੇ ਘਰ ਵਿੱਚ ਜਾਏਗੀ ਜੇਕਰ ਦੋਵੇਂ ਹੱਥ ਉਠਾ ਕੇ ਇੱਕ ਜ਼ੋਰਦਾਰ ਤਾੜੀ ਵਜਾ ਕੇ ਇੱਕ ਇੱਕ ਸ਼ਰਨਾਂ ਦਾ ਗੇੜਾ ਦੇ ਕੇ ਮਾਂ ਨੂੰ ਮਨਾਓਗੇ ਸਾਕਸ਼ਾਤ ਮਹਾਮਾਰੀ ਤੁਹਾਨੂੰ ਦਰਸ਼ਨ ਦੇਗੀ ਦਰਸ਼ਨ ਕਿਹਨੇ ਕਿਹਨਾਂ ਨੇ ਕਰਨੇ ਆ ਸਾਰਿਆਂ ਨੇ ਆਪਾਂ ਹਾਜ਼ਰੀ ਲਗਾਉਣੀ ਆ ਨੱਚ ਕੇ ਮਾਂ ਨੂੰ ਮਨਾਉਣਾ ਠੀਕ ਹੈ ਨਾ ਹਾਂਜੀ ਕਿਹਨੇ ਕਿਹਨਾਂ ਨੂੰ ਆਸ ਲੱਗੀ ਕਿਹੜੇ ਕਿਹੜੇ ਵਿਸ਼ਵਾਸ ਕਰਦੇ ਫਿਰ ਖੁਸ਼ੀ ਕਿਹਨੇ ਕਿਹਨਾਂ ਨੂੰ ਮਾਂ ਦੇ ਆਉਣ ਦੀ ਹਾਂਜੀ ਇੱਕ ਵਾਰੀ ਖੜੇ ਹੋ ਜਾਓ ਆਪਣੀ ਜਗ੍ਹਾ ਤੇ ਆਪਾਂ ਹਾਜ਼ਰੀ ਲਗਾਵਾਂਗੇ ਸ਼ਗਨਾਂ ਦਾ ਗੇੜਾ ਦੇਣਾ ਮਾਂ ਦੇ ਨਾਮ ਦਾ ਜਿਨ੍ਹਾਂ ਜਿਨ੍ਹਾਂ ਨੂੰ ਖੁਸ਼ੀ ਆ ਜਿਹੜੇ ਤਾਂ ਇਹ ਸੋਚ ਕੇ ਆਇਆ ਕਿ ਭਗਤਾਂ ਦੇ ਘਰ ਜਗਰਾਤਾ ਹੋ ਰਿਹਾ ਉੱਥੇ ਛੋਲੇ ਪੂਰੀਆਂ ਦਾ ਲੰਗਰ ਲੱਗਿਆ ਹੋਇਆ ਕੋਈ ਗੱਲ ਨਹੀਂ ਆਪਾਂ ਖਾ ਪੀ ਕੇ ਮੁੜ ਆਵਾਂਗੇ ਭਗਤਾਂ ਨੂੰ ਕਿਹੜਾ ਪਤਾ ਲੱਗਣਾ ਘਰ ਵਾਲਿਆਂ ਨੂੰ ਹੁਣ ਇੱਥੇ ਤਾਂ ਲੰਗਰ ਤੁਸੀਂ ਨੇ ਟਿੱਕੀਆਂ ਵੀ ਖਾਧੀਆਂ ਹੋਣੀਆਂ ਗੁਲਾਬ ਜਾਮਣਾਂ ਵੀ ਖਾਧੀਆਂ ਹੋਣੀਆਂ ਆਪਾਂ ਹਾਜ਼ਮ ਕਰਨੀਆਂ ਕਿੱਦਾਂ ਹਾਜ਼ਮ ਕਰਨੀਆਂ ਆਪਾਂ ਇੱਕ ਸ਼ਗਨਾਂ ਦਾ ਗੇੜਾ ਦੇ
Thank you.
ਸੀ ਬਾਜੂ ਪਜਾਮਾ ਵਾਲਾ ਲੇਖ ਪਾ ਕੇ ਜਾਂਦੀ ਸੀ Thank you.
क्योंकि झाकी तैयार है, दो तीन झाकियां उस तो बाद होर भी विखाणिया ने, इसलिए झाकी नूं भी प्रॉपर उस टाइम पर बुला पैंदा है। झाकी तैयार है, सिर्फ दो मिनट की झाकी है, उस तो बाद सारे मित्र परिवार की आप इतने बैठ के हाजिरी लगानी है। तो आओ एक झाकी का रूप देखिए। Thank you.
Ha ha ha!